सारा दिन हम इन्होंने मगर तो नहीं तुरी फिरती रहेगी, जेड़ा काम से वह कराता हूं तो हूँ दस की बड़ेवे लेना ही तेन ढा लैन फड़ के हो कि भाभी किस्मत कहदा दुख देना, किस्मत तो मेरी फुटी गई जिदा उन्हें घर च पैर पा लिया। तुम मैं ऐ दसो तेनों मैं आपकी माँ मानदा तो बाई ना आपका प्यो अज तक थोड़े मूहरे नहीं से बोलिया, अज वह भी अज जलूस कढ़ाता उन्हें। बारी बरसी खटन गया सी, बारी बरसी खटन गया सी, खटके लिया पेठा मोटर ले ली वे, धक्के अड़बा जेठा मोटर ले ली वे, धक्के अड़बा जेठा। किवें अमन नूरी बनी बैठी है? वेले दस तू बारों क्यों मच्छा मचाया आना है, मेरी गल सुन ला। आ देख ला अपने आले बड़े तो उधर असि गुठा लवा लिया मां पुत जाके बाई तो लाहौर हुण। ओ बह जा कर, ओ सैन करन वाला दींदा तैनू। दस आहो तू तो ऊ मच गया भी क्यों मेरे भाई तो नौ लवाली होनी मोटर है ना। देखा दिखाई ले देख ला आ गया यकीन हूं तो। वाह नी शेर नी है, जेड़ा काम मैं सारी उम्र च नहीं करा सकया तू तड़के कलेस पा के दो घंटे च करा लिया। कमाल ही करती आता तू, वे तू इना क्या संघ पड़वाया कि कावला ना हो जी, होर कि तेन उथे अंबरसर छड़ना पै जे। नाले मेरी गल सुन ला, ये तो मैं तेरे कहने मुताबक चल पी, नहीं तो मैं ये काम चुटकियां च करा लैंदी। मेरा नाम भी सिंदरपाल सोनी है। ओ गल कावले दी नहीं हैगी, जे कावला बनया सी ना बाई ने ताही सारा कुछ देता। आ जिहड़े हिसाब नाल तुसीं जवा मारदे ना मां पुत, उस हिसाब नाल तां बाई ने तुहानूं काणी कौडी नहीं सी देणी। गल्लां मारदी आ इह, ओ कि काणी कौडी नहीं सी देणी। वे मेरी गल सुन ला, मैं आपदे हड्ड कटाए ने, होर तू लवा लैंदा मोटर आपदे नाल। ओए हड्ड भी मैं ही कुट्टे ने, किसे ने थोड़ी कुट्टे ने, नाले मैनूं पता तू बथेरी करड़ी आ, इन्ना कदा ऊं झल लानी आ तू। फिर सारा कुछ मेरे कलेस करके ही होया। दस तेरे कलेस करके होया इह की गल है बापू, बाली हसी जांदा सीगा। ओए पुत खुश क्यों ना होवां, ओह गल ही खुशी वाली है। ओए मसा मसा दा पैर थले बटेरा आया, आ तेरी मां कहिंदी कहिंदी सारा कुछ मेरे करके होया। ओए इहनूं समझा माड़ा जा, आ जिहड़े मेरे नकली हंझू सी ना ਉਹ ਸਾਰਾ ਕੁਝ ਡਰਾਮੇ ਕਰਕੇ ਹੋਇਆ। ਲੈ ਅੱਗੇ ਡਰਾਮਾ ਮੈਰਿਜ ਹੈ, ਲੈ ਦੱਸ ਪੁੱਤ ਇਹਨੂੰ ਕੋਈ ਐਂ ਪੁੱਛੇ ਵੀ ਤੈਂ ਡਰਾਮਾ ਇਕੱਲੇ ਨੇ ਖੇਡ ਲੈ, ਵੇ ਤੇਰੇ ਡਰਾਮੇ ਦੇ ਪਾਤਰ ਤਾਂ ਅਸੀਂ ਵੀ ਸੀਗੇ, ਮੈਂ ਵੀ ਕਿਸੇ ਨੂੰ ਕੰਨੋ ਕੰਨ ਖਬਰ ਨਹੀਂ ਹੋਣ ਦਿੱਤੀ। ਓ ਚੱਲ ਕੋਈ ਗੱਲ ਨਹੀਂ, ਛੱਡੋ ਬਾਪੂ ਮੈਂ ਤੈਨੂੰ ਐਂ ਕਹਿਣਾ, ਤੂੰ ਜਾ ਕੇ ਸਰਪੰਚ ਤੇ ਨੰਬਰਦਾਰ ਦੇ ਸਾਈਨ ਕਰਾ ਲੈ, ਨਾਲੇ ਮੋਹਰ ਲਵਾ ਲਿਆ। ਨਾ 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 ਇਹ ਕੰਮ ਕਰੀ ਤੂੰ, ਜੇ ਮੈਂ ਮੈਂਬਰਾਂ ਸਰਪੰਚਾਂ ਕੋਲੇ ਤੁਰ ਗਿਆ ਨਾ ਉਹ ਫੇਰ ਤਾਂ ਉਹਨਾਂ ਨੂੰ ਪਤਾ ਹੀ ਲੱਗੂਗਾ ਝੁੱਡੂਆ। ਤੂੰ ਆਪ ਜਾ ਕੇ ਸਾਈਨ ਕਰਾ ਕੇ ਲੈ ਕੇ ਆਈ ਤੇ ਮੇਰੇ ਤਾਏ ਨੇ ਭੇਜਿਆ ਗਾ। ਆਹੋ ਪੁੱਤ ਠੀਕ ਹੈ ਤੇਰੇ ਪਿਓ ਦੀ ਗੱਲ, ਚੱਲ ਕੋਈ ਗੱਲ ਨਹੀਂ ਤਾਂ ਮੈਂ ਫਿਰ ਕਰਵਾ ਲਿਆਉਣਾਗਾ, ਹੁਣੀ ਵਗ ਚੱਲਦੇ ਆਪਾਂ। ਉਹਨਾਂ ਨੇ ਮੇਰੀ ਗੱਲ ਸੁਣੋ, ਮੈਨੂੰ ਬਾਲਾ ਮੂਰੇ ਨਾ ਕਰੋ ਤੁਸੀਂ, ਹੁਣ ਮੈਨੂੰ ਜਿਵੇਂ ਚੱਲਦਾ ਉਵੇਂ ਚਲਾਈ ਚੱਲੋ ਜੱਕਾ। ਉਹ ਬਾਪੂ ਬਹੁਤ ਹੋ ਗਿਆ ਯਾਰ, ਹੁਣ ਨਹੀਂ ਸਾਥੋਂ ਇੰਨਾ ਕੁਝ ਹੁੰਦਾ। ਓਏ ਬੇਵਕੂਫੋ ਆ ਫੌਜੀ ਨੂੰ ਟੱਪ ਲੈਣ ਦਿਓ, ਉਹਨੂੰ ਲੰਘ ਜਾਂਦੇ ਆਪਦੀ ਡਿਊਟੀ ਤੇ, ਉਦੋਂ ਬਾਅਦ ਦੇਖਾਂਗੇ। ਨਾਲੇ ਮੇਰੀ ਗੱਲ ਸੁਣੋ, ਤੁਸੀਂ ਬਾਲੇ ਤਣੇ ਜਣਾ ਤੜਾਓ, ਤੁਹਾਨੂੰ ਮੈਂ ਮੂਰੇ ਕਰੂੰਗਾ, ਦੇਊਂਗਾ ਮੌਕਾ, ਓਏ ਕਰ ਲਿਓ ਤੁਸੀਂ ਵੀ ਆਪਦੇ ਚਾਹ ਪੂਰੇ। ਇੱਕ ਤਾਂ ਨਾ ਤੇਰਾ ਪਿਓ ਬਾਲਾ ਡਰੋਕਲ ਹੈਗਾ, ਉਹੀ ਉਹਨਾਂ ਤੋਂ ਡਰੀ ਜਾਂਦਾ ਹੈਗਾ। ਓ ਬਾਪੂ ਮੈਂ ਤੈਨੂੰ ਗੱਲ ਐ ਕਹਿਣਾ ਹੈਗਾ, ਸਾਰੀ ਉਮਰ ਦੇ ਮੇਣੇ ਵੱਜਣ ਲੱਗ ਜਾਂਦੇ, ਤੂੰ ਉਹਨਾਂ ਸਾਹਮਣੇ ਮਾਂ ਨੂੰ ਪੁੱਠਾ ਜਿਹਾ ਬੋਲਦਾ, ਮੈਨੂੰ ਬੋਲਦਾ, ਉਹ ਬਹੂ ਨਵੀਂ ਆਈ ਉਹਨਾਂ ਦੀ ਉਹ ਕੀ ਸੋਚੂਗੀ। ਓਏ ਕੋਈ ਗੱਲ ਨਹੀਂ, ਕਿਧਰੇ ਨਹੀਂ ਤੁਹਾਨੂੰ ਕੁਛ ਹੋਇਆ, ਓਏ ਜੇ ਦੋ ਗੱਲਾਂ ਬੋਲਤੀਆਂ ਮੇਰੀ ਗੱਲ ਸੁਣ। ਆ 2 ਮਹੀਨੇ 3 ਮਹੀਨੇ ਆ, ਕੱਲ ਠੰਡੀ ਪੈ ਜਾਓ, ਉਦੋਂ ਬਾਅਦ ਆਪਣਾ ਉਹੀ ਹਾ ਹਾ ਹੀ ਹੀ ਚੱਲਣਾ। ਬੇ ਮੇਰੀ ਗੱਲ ਸੁਣ ਲੈ, ਹੁਣ ਤਾਂ ਤੂੰ ਜਿਹੜਾ ਕੁਛ ਬੋਲ ਗਿਆ ਉਹਨਾਂ ਦੇ ਸਾਹਮਣੇ ਬੋਲ ਗਿਆ, ਪਰ ਹੁਣ ਨਾ ਕਿਤੇ ਘਰੇ ਗਲਤੀ ਕਰ ਲਈ। ਓ ਚਲ ਚੰਗਾ, ਤੂੰ ਮੈਨੂੰ ਐ ਦੱਸ ਅੱਜ ਖਵਾਏਗੀ ਕੀ ਫਿਰ? ਲੈ ਦੱਸ, ਮੈਂ ਤਾਂ ਦੇਖ ਮਟਰ ਪਨੀਰ ਬਣਾਇਆ ਭਾਈ, ਖਾਣਾ ਖਾ ਲਓ, ਨਹੀਂ ਕੋਈ ਹੋਰ ਅੱਗ ਸਵਾਹ ਖਾਣੀ ਆਉਂਦੀ ਬਾਹਰੋਂ ਖਾਇਓ। ਲੈ ਉਹ ਮਟਰ ਪਨੀਰ ਨਾਲ ਕਿੱਥੇ ਗੱਲ ਬਣਦੀ ਆ, ਉਹ ਮੈਂ ਕਹਿੰਦਾ ਅੱਜ ਮੁਰਗਾ ਜਾਂ ਬੱਕਰਾ ਬਣਾਉਣਿਆ। ਤੇ ਚੱਲ ਠੀਕ ਹੈ ਜਾ, ਹੱਤੇ ਚ ਹੀ ਵਗ ਜਾ ਤੂੰ ਤਾਂ। ਹੱਤੇ ਚ ਨਹੀਂ ਆਉਂਦੇ, ਮੈਂ ਭੈੜੇ ਲੈ ਕੇ ਉੱਥੇ ਘਰੇ ਲਿਆਵਾਂਗੇ, ਘਰੇ ਬਹਿ ਕੇ ਬਣਾ ਬਣਾਂਗੇ ਤੇ ਖਾ ਲਾਂਗੇ। ਤੇ ਬਾਪੂ ਜੇ ਤੂੰ ਕੁੱਟ ਲਿਆਉਣੀ ਆ ਤਾਬਦੀ ਲਈ। ਓਏ ਮੇਰੀ ਗੱਲ ਸੁਣ ਯਾਰ, ਇੱਥੇ ਡਬਕਲ ਬਣੀ ਜੇ ਬਣਾ ਉਹਦੋਂ, ਨਾਲੇ ਉੱਥੇ ਮੈਂ ਵਧੀਆ ਪਾਣ ਲੈ ਜੀ ਆ ਪੂਆ ਲਾਇਆ ਹੂੰ, ਇੱਕ ਕੌੜ ਕੌੜਾ ਕਰਿਆ ਹੂੰ ਮੂੰਹ, ਇਹਨੂੰ ਕਿੱਥੇ ਬਣਾਉਂਦਾ ਘਰੇ ਮੀਟ ਜਰ। ਚਲ ਮਾਂ ਆ ਸਾਮ ਤੂੰ ਫਿਰ ਆ ਜਾ, ਕਵੇਲਾ ਹੋ ਜਾਂਦਾਗਾ ਘਰੇ ਆ ਕੇ ਪਸੂ ਪਸੂ ਸਾਹਮਣੇ ਹੋਣ। ਨਾਲੇ ਗੱਲ ਸੁਣ, ਇਹਨੂੰ ਮਾੜਾ ਜਿਹਾ ਕਹਿ ਦੇ ਮਾੜੀ ਮੋਟੀ ਇੱਜ਼ਤ ਉੱਜ਼ਤ ਕਰ ਲਿਆ ਕਰੂ ਯਾਰ ਮੇਰੀ। ਚਲ ਕੋਈ ਨਾ ਕਰ ਲਿਆ ਕਰੂ, ਬਥੇਰੀ ਮੈਨੂੰ ਪੈਸੇ ਦੇ ਦੇ ਪੁੱਤ। ਹੈਗੇ ਆ ਮਾਂ ਮੇਰੇ ਕੋਲ 1000 ਰੁਪਏ, ਮੈਂ ਵਗ ਜਾਂਦਾ ਉੱਥੇ ਫੇਰੇ ਡਾਕੇ ਡਿੱਗੂ ਚੱਕ ਕੇ ਲਿਆਉਣਾ ਪਊਗਾ। ਆਹ ਫਿਰ ਹਿਸਾਬ ਨਾਲ ਪੀ ਕੇ ਆਈ, ਨਾਲੇ ਮੈਂ ਤੈਨੂੰ ਦੱਸਾਂ। ਓਏ ਚੱਲ ਚੰਗਾ, ਹਿਸਾਬ ਨਾਲ ਪੀ ਕਿਉਂ, ਨਾਲੇ 2 ਰੋਟੀਆਂ ਵੱਧ ਬਣਾ ਲਈਆਂ ਅੱਜ। ਬਣਾ ਲਈ ਕਿਤੇ ਹੋਰ ਘਰੇ ਆ ਕੇ ਛਿੱਤਰ ਖਾ ਲੈ ਮੈਥੋਂ, ਤੂੰ ਹੀ ਚੰਬਲਿਆ ਫਿਰਦਾ ਹੈਗਾ। ਪੁੱਤ ਕਿੰਨਾ ਕਰਾਏਗਾ ਇਹਦਾ ਸਿਉਣਾ ਪਰੋਣਾ ਤੇਰਾ? ਬਸ ਮਾਂ ਤੇਰਾ ਸੂਟ ਦਾ ਸਾਰਾ ਬਣ ਗਿਆ,
ਨਾਲੇ ਮੇਰੀ ਗੱਲ ਸੁਣ ਭਾਬੀ ਦੇ ਵੀ ਮੈਂ ਸਾਰੇ ਸੂਟ ਸਿਉਂਦੇ ਆ ਰਹਿ ਗਈਆਂ ਭੈਣੇ ਕੱਲੀਆਂ ਤਰਪਾਈਆਂ ਉਹ ਤੁਸੀਂ ਨੌ ਸੱਤ ਸਾਪੇ ਕਰੀ ਜਾਇਓ ਕੋਈ ਨਾ ਤਰਪਾਈਆਂ ਤਾਂ ਅਸੀਂ ਆਪ ਹੀ ਕਰ ਲਾਂਗੇ ਸਿਆਣੇ ਆਦੇ ਹੁੰਦੇ ਨੇ ਕਾਈਆਂ ਨੇ ਤਾਂ ਕਾਈ ਖੋਤਣਾ ਤੂੰ ਆਪਦੇ ਸਹੁਰੀ ਜਾ ਪੁੱਤ ਅਸੀਂ ਤਾਂ ਆਪਦੀ ਬਣੀ ਆਪ ਹੀ ਨਿਬੇੜਾਂਗੇ ਆਹੋ ਕਾਈਆਂ ਨੇ ਕਾ ਖੋਤਣਾ ਸੂਟ ਤਾਂ ਤੁਹਾਡੇ ਸਾਰੇ ਮੈਂ ਸਿਉਂ ਕੇ ਦਿੱਤੇ ਆ ਵੇਖਾਂ ਹੁਣ ਬਜ਼ਾਰਤਾ ਪਾਉਂਦੀ ਮੇਰੇ ਅੱਗੇ ਹਾਂ ਭਾਈ ਤੇਰੇ ਭਾਪੇ ਦਾ ਫੋਨ ਆਇਆ ਸੀ ਉਹ ਕਹਿੰਦਾ ਵੀ ਕੁੜੀ ਨੂੰ ਤੋਰ ਦੋ ਭਾਈ ਤੁਸੀਂ 4 ਦਿਨ ਹੋਰੇ ਬਾਪੂ ਜੀ ਮੈਨੂੰ ਵੀ ਮੰਮੀ ਦਾ ਫੋਨ ਆ ਗਿਆ ਸੀਗਾ ਉਹ ਵੀ ਕਹਿੰਦੇ ਸੀ ਮੇਰਾ ਨਹੀਂ ਲੱਗਦਾ ਜੀ ਭਾਈ ਆ ਜਾ ਮੈਂ ਤਾਂ ਜਾਊਂਗੀ ਉਹ ਸਹੀ ਗੱਲ ਹੈ ਸ਼ੇਰਾ ਤੇਰਾ ਅਸਲੀ ਮਾਂ ਪਿਓ ਭਾਈ ਉਹੀ ਹੈ ਹਾਂਜੀ ਇਹ ਤਾਂ ਮੈਨੂੰ ਵੀ ਪਤਾ ਪੇਕੇ ਘਰ ਤਾਂ ਹੁਣ ਧੀ ਨੇ ਵਿਆਹ ਤੋਂ ਬਾਅਦ ਮਿਲਣ ਗੱਲ ਨਹੀਂ ਆਉਣਾ ਹੁੰਦਾ ਤਾਂ ਹੀ ਚੰਗੀ ਲੱਗਦੀ ਆ ਬੈਠੀ ਥੋੜੀ ਚੰਗੀ ਲੱਗਦੀ ਆ ਹੋਰ ਸ਼ੇਰਾ ਉਹਨੇ ਸੇਵਾ ਕਰ ਬੰਦਾ ਦਿਲ 'ਚ ਵੜ ਜਾਂਦਾ ਨਾਲੇ ਸਿਆਣੀਆਂ ਬੁੜੀਆਂ ਸੌ ਕੁਛ ਬੋਲ ਜਾਂਦੀਆਂ ਨੇ ਐਵੇਂ ਨਹੀਂ ਗੱਲ ਦਿਲ ਤੇ ਲਾਈ ਦਿੰਦੀ ਨਾ ਬਾਪੂ ਜੇ ਇਹੋ ਜੀ ਮੰਮੀ ਮੈਨੂੰ ਬੋਲ ਦਿੰਦੀ ਆ ਉਹੋ ਜੇ ਉਹ ਆ ਮੈਨੂੰ ਜੇ ਮੰਮੀ ਬੋਲ ਵੀ ਦਿੰਦੀ ਆ ਮੈਂ ਨਹੀਂ ਕਦੇ ਉਧਰਲੀ ਮੰਮੀ ਦਾ ਗੁੱਸਾ ਕਰਦੀ ਉਹ ਮੇਰੀ ਗੱਲ ਸੁਣ ਉਹ ਮੁੰਡੇ ਨੇ ਜਾਣਾ 4 ਵਜੇ ਉਹਦੀ ਤਿਆਰੀ ਕਰ ਦੋ ਤੇ ਮੈਂ ਭੱਜ ਕੇ ਗੇੜਾ ਮਾਰਿਆ ਮੈਂ ਫਿਰ ਚੜਾਇਆ ਆਉਂਗਾ ਉਹਨੂੰ ਬਗ ਜਾ ਕੋਈ ਨਾ ਤਿਆਰੀ ਤਾਂ ਅਸੀਂ ਆਪ ਹੀ ਕਰ ਦਾਂਗੇ ਨਾਲੇ ਮੰਮੀ ਵੀਰੇ ਬਿਨਾ ਮੇਰਾ ਜੀ ਨਹੀਂ ਲੱਗਣਾ ਤਾਂ ਹੀ ਮੈਂ ਪਹਿਲਾਂ ਹੀ ਰਾਤ ਮੰਮੀ ਨੂੰ ਫੋਨ ਲਾ ਕੇ ਕਹਿਤਾ ਸੀ ਵੀ ਮੰਮੀ ਮੈਂ ਤਾਂ ਆਉਂਗੀ ਕੁੜੇ ਪਿੱਤ ਜੀ ਤਾਂ ਕਿਸੇ ਦਾ ਵੀ ਨਹੀਂ ਲੱਗਦਾ ਵੀਰੇ ਬਿਨਾ ਹੁਣ ਕਰੀਏ ਕੀ ਦੱਸ ਚੱਲ ਕੋਈ ਗੱਲ ਨਹੀਂ ਕਰੀ ਜਾਂਦੇ ਉਹ ਵੀ ਪੈਕਿੰਗ ਆਪਦੀ ਕਿਵੇਂ ਆ ਭੈਣੇ ਸਤਿ ਸ੍ਰੀ ਅਕਾਲ ਚਾਚੀ ਸਤਿ ਸ੍ਰੀ ਅਕਾਲ ਪੁੱਤ ਹੋਰ ਕਿਵੇਂ ਆ ਚਾਚੀ ਹਾਂ ਠੀਕ ਆ ਜਿਉਂਦੀ ਰਹਿ ਠੀਕ ਆ ਮੈਂ ਤੂੰ ਦੱਸ ਮੈਂ ਵੀ ਵਧੀਆ ਕਿਹਦੇ ਸੀ ਜਾਨੀ ਆ ਮੇਰਾ ਵੀ ਇੱਕ ਸੀਦੇ ਸੂਟ ਆ ਮੰਮੀ ਦੇ ਸਿਉਂ ਕੇ ਦਿੱਤੇ ਆ ਪਹਿਲਾਂ ਤਾਂ ਦੁਫੜਾ ਕੇ ਨਹੀਂ ਗਈ ਦੇਖ ਸੋਹਣਾ ਸਿਮਤਾ ਨਾ ਹਾਂ ਲੈ ਕੁੜੇ ਆਪਦੀ ਮਾਂ ਦੇ ਤਾਂ ਭਾਬੀ ਦੇ ਤਾਂ ਬਥੇਰੇ ਸੋਹਣੇ ਸੋਹਣੇ ਬਣਾ ਲੈਣੀ ਆ ਐ ਨਹੀਂ ਕਿਹਾ ਵੀ ਲਿਆ ਚਾਚੀ ਇੱਕ ਤੇਰਾ ਵੀ ਸੀਦਾ ਕੋਈ ਚਾਚੀ ਦਾ ਭਾਈ ਸਵਾਈ ਵਾਲਾ ਨੂੰ ਫੜਾ ਕੇ ਆਉਂਦੀ ਆ ਕੋਈ ਨਾ ਤੈਨੂੰ ਦੇ ਦੂੰ 2 ਰੁਪਏ ਜਿਹੜੇ ਅਗਲੇ ਨੂੰ ਦੇ ਕੇ ਆਉਣੀ ਆ ਲੈ ਤੂੰ ਸਮਾ ਲੈਂਦੀ ਪਹਿਲਾਂ ਤੂੰ ਫੜਾ ਜਾਂਦੀ ਤੇਰਾ ਸਿਉਂ ਦਿੰਦੀ ਸੂਟ ਇਹ ਕਿਹੜਾ ਜਵਾਬ ਦਿੰਦੀ ਸੀ ਕੋਈ ਨਹੀਂ ਬਥੇਰੇ ਜਵਾਬ ਦਿੰਦੀ ਐ ਗੱਲਾਂ ਵਾਲੀ ਹੋਈ ਐ ਇਹ ਨਹੀਂ ਚੱਲੀ ਚਾਚੀ ਹੋਰ ਸੁਣਾ ਤੂੰ ਠੀਕ ਐ ਬਸ ਹੈ ਭੈਣੇ ਅੱਜ ਫੌਜੀ ਨੇ ਜਾਣਾ ਐ ਮੈਨੂੰ ਲੱਗਦਾ ਅੱਜ ਦੀ ਤਰੀਕ ਸੀ ਉਹਦੀ ਜਾਣਾ ਸੀ ਉਹਨੇ ਹਨਾ ਹਾਂ ਜਾਣਾ ਸੀ ਭੈਣੇ ਤੜਕਾ ਥਨੇ ਜਾਊਗਾ 4 ਵਜੇ ਅੱਛਾ ਚੱਲ ਭੈਣੇ ਬੜਾ ਹੀ ਵੱਡਾ ਦਿਲ ਐ ਤੇਰਾ ਜਿਹੜਾ ਮੁੰਡੇ ਨੂੰ ਤੂੰ ਉੱਥੇ ਤੋਰ ਦੇਨੀ ਆ ਮੇਰਾ ਤਾਂ 1 ਮਿੰਟ ਨਹੀਂ ਜਵਾਖਾਂ ਬਿਨਾ ਜੀ ਲੱਗਦਾ ਅੱਗ ਲਾਉਣਾ ਉਹਦੇ ਭੈਣੇ ਜੀ ਤਾਂ ਕਿਸੇ ਦਾ ਵੀ ਨਹੀਂ ਲੱਗਦਾ ਐਡਾ ਕਿੱਡਾ ਕੁ ਦਿਲ ਐ ਮੇਰਾ ਉਹੀ ਗੱਲ ਮਜਬੂਰੀਆਂ ਨੇ ਤੋਰਨਾ ਪੈਂਦਾ ਕਾਲਜਾ ਬਥੇਰਾ ਨਿਕਲਦਾ ਅੱਖਾਂ ਤੋਂ ਪਰੇ ਬਿੰਦ ਨਹੀਂ ਕਰਿਆ ਜਾਂਦਾ ਉਹ ਚਾਚੀ ਗੱਲ ਐ ਇੱਕ ਤੂੰ ਬੜੀਆਂ ਖਬਰਾਂ ਰੱਖਦੀ ਆ ਨਾ ਸਾਨੂੰ ਤਾਂ ਵੀਰੇ ਦਾ ਪਤਾ ਹੋਵੇ ਨਾ ਪਤਾ ਹੋਵੇ ਤੈਨੂੰ ਜ਼ਰੂਰ ਪਤਾ ਹੋਣਾ ਸੀ ਵੀ ਅੱਜ ਉਹਨੇ ਜਾਣਾ ਏ ਨਹੀਂ ਚੰਗਾ ਬਾਲਾ ਨਾ ਬੋਲਿਆ ਕਰ ਆ ਤੇਰੀ ਮਾਂ ਹੀ ਕਹਿੰਦੀ ਸੀਗੀ ਵੀ ਅੱਜ ਦੇ ਦਿਨ ਜਾਣਾ ਫੌਜੀ ਨੇ ਮੈਂ ਚੱਲ ਜਾ ਕੇ ਮਿਲ ਆਵਾਂ ਮੇਰੇ ਵੀ ਪੁੱਤਾਂ ਵਰਗਾ ਉਹ ਅੱਛਾ ਅੱਛਾ ਚੱਲ ਚੰਗਾ ਹੋ ਗਿਆ ਵਧੀਆ ਹੋ ਗਿਆ ਤੂੰ ਆ ਗਈ ਹਾਂ ਤੂੰ ਨਾ ਨਾਲੇ ਬਾਲੀਆਂ ਗੱਲਾਂ ਮਾਰਿਆ ਕਰ ਆਪਦੇ ਸਹੁਰੇ ਵਗ ਜਾ ਹੁਣ ਕਿ ਉਰੀ ਡੇਰੇ ਲਾਉਣੇ ਨੇ ਤੂੰ ਨਾ ਚਾਚੀ ਮੈਂ ਤਾਂ ਪਹਿਲੇ ਹੀ ਕਹਿ ਕੇ ਹਟੀ ਆ ਪਹਿਲਾਂ ਆ ਬਾਪੂ ਮੈਨੂੰ ਕਹਿ ਕੇ ਗਿਆ ਮੈਂ ਤਾਂ ਜਾਊਂਗੀ ਭੈਣੇ ਆਪਦੇ ਸੌਰੀ ਤੂੰ ਤਾਂ ਦੰਦਾ ਧਰਿਆ ਮੇਰੇ ਤੇ ਹੋਰ ਵਿਆਹ ਕੇ ਇੰਨਾ ਪੈਸਾ ਲਾ ਕੇ ਹੁਣ ਤੈਨੂੰ ਫੇਰ ਅਸੀਂ ਉਰੇ ਬਿਠਾ ਰੱਖਿਆ ਆਪਦੇ ਘਰੇ ਜਾ ਜਾਊਂਗੀ ਭੈਣੇ ਜਾਊਂਗੀ ਤੈਨੂੰ ਪਤਾ ਨਹੀਂ ਕਾਹਦਾ ਸਾੜਾ ਹੋਇਆ ਰਹਿੰਦਾ ਜਾਊਗੀ ਭੈਣੇ ਹੁਣ ਤਾਂ 1-2 ਦਿਨਾਂ ਨੂੰ ਐ ਨਹੀਂ ਪਤਾ ਸਵੇਰੇ ਵਗ ਜੇ ਨਹੀਂ ਪਤਾ ਪਰਸੋਂ ਵਗ ਜੇ ਆਖਾ 10-20 ਦਿਨ ਲਾਇਆ ਪੁੱਤ ਚੱਲ ਉਹ ਵੀ ਮਾਂ ਪਿਓ ਨੇ ਹਨਾ ਚੱਲ ਹੁਣ ਤਾਂ ਚਾਚੀ ਆ ਕੇ ਰੌਣਕ ਲਾ ਦਿੰਨੀ ਆਗੀ ਵਧੀਆ ਤੁਸੀਂ ਆਪਸ ਵਿੱਚ ਜਿੱਦਵੈਂਸ ਜੀ ਕਰੀ ਜਾਂਦੇ ਹੋ ਵਧੀਆ ਲੱਗਦੇ ਆ ਦਿਲ ਜਾ ਲੱਗਿਆ ਪਿਆਗਾ ਇਹ ਤਾਂ ਆਪਦੇ ਵਰਗੀ ਬਣਾ ਲੈਂਦੀ ਆ ਮੈਨੂੰ ਪਰ 4 ਮੈਨੂੰ ਸੁਣਾ ਦਿੰਦੀ ਆ 4 ਮੈਨੂੰ ਵੀ ਸੁਣਾਉਣੀਆਂ ਪੈਂਦੀਆਂ ਨੇ ਇਹਨੂੰ ਚਾਚੀ ਫਿਰ ਤੂੰ ਗੁੱਸਾ ਕਰਦੀ ਮੇਰੀਆਂ ਗੱਲਾਂ ਦਾ ਨਹੀਂ ਮੈਂ ਕਾਹਨੂੰ ਗੁੱਸਾ ਕਰਨਾ ਆ 2 ਦਿਨਾਂ ਨੂੰ ਵਗ ਜਾਂਗੀ ਆ ਫਿਰ ਰਹਿ ਜਾਣਗੇ ਤੇਰੀ ਮਾਂ ਹਰੀ ਕੱਲੀਆਂ ਆ ਮੈਂ ਵੀ ਹੁਣ ਆ ਜਾਨੀ ਆ ਤੇਰੇ ਕਰਕੇ ਵੀ 2 ਗੱਲਾਂ ਕਰ ਆਵਾਂ ਤੇਰੇ ਨਾਲ ਉਹ ਜੇ ਚਾਚੀ ਗੁੱਸਾ ਕਰਦੀ ਹੋਵੇ ਭਲਾ ਫਿਰ ਕਾਹਨੂੰ ਆਵੇ ਆਪਣੇ ਘਰੇ ਇਹ ਗੁੱਸਾ ਕਰਨ ਵਾਲੀ ਤਾਂ ਹੈ ਹੀ ਨਹੀਂਗੀ ਚਾਚੀ ਦੇ ਦਿਲ 'ਚ ਕੁਝ ਨਹੀਂ ਭਾਬੀ ਗੱਲਾਂ ਤਾਂ ਨਾ ਚਾਚੀ ਲਾਲਾ ਕਰਦੀ ਹੁੰਦੀ ਆ ਗੱਲ ਕਰ ਗੁੱਸਾ ਤਾਂ ਸਾਡੇ ਅਰਗੀਆਂ ਨਹੀਂ ਕਰਦੀਆਂ ਦੇਖ ਹਾਂ ਕੀ ਲਾ ਕੇ ਕਹਿਤਾ ਤੈਨੂੰ ਕੁੜੇ ਐਂ ਕਿਹਾ ਵੀ ਸਹੁਰੇ ਵਗ ਜਾ ਉਰੇ ਬੈਠੀ ਆ ਦੇਖ ਲੈ ਚੱਲ ਛੱਡ ਪਰੇ ਹੋਰ ਸੁਣਾਣੀ ਭੈਣੇ ਕਰ ਇਹਦਾ ਇਹ ਤਾਂ ਕਰਦੀ ਕੋਈ ਐਂ ਹੁੰਦੀ ਆ ਨਹੀਂ ਮੈਂ ਕਿੱਥੇ ਗੁੱਸਾ ਕਰਦੀ ਮੈਨੂੰ ਪਤਾ ਹੀ ਐ ਇਹਦੇ ਸੁਭਾਅ ਦਾ ਤੇ ਚੱਲ ਉਹਦੀ ਸੁਣਾ ਸਿੰਦਰ ਦੀ ਮੈਨੂੰ ਕੀ ਬਣਿਆ ਫਿਰ ਕੱਲ ਮੋਟਰ ਦਾ ਕੀ ਬਣਨਾ ਸੀ ਭੈਣੇ ਮੋਟਰ ਦਾ ਮੋਟਰ ਦੇਤੀ ਉਹਨਾਂ ਨੂੰ ਉਹਨਾਂ ਦੇ ਨੌਂ ਖਰਾਬ ਲੈ ਦੇਖ ਲੈ ਹਟੀ ਨਹੀਂ ਹੈ ਵਾਲੀ ਚੰਦਰੀ ਐ ਮੈਂ ਤਾਂ ਐ ਕਹਿਨੀ ਆ ਆ ਕਰਮਾ ਵੀ ਨਹੀਂ ਸਾਥ ਦਿੰਦਾ ਹੈਗਾ ਤੁਹਾਡਾ ਨਹੀਂ ਉਹਦੀਆਂ ਖੁੱਚਾਂ ਕੁੱਟ ਦੇ ਉਹਦੀ ਕੀ ਹਿੰਮਤ ਸੀ ਐ ਕਹਦੇ ਮੈਨੂੰ ਮੋਟਰ ਲਵਾ ਦੇ ਮੇਰੇ ਨਾਲ ਕੁੜੇ ਭੈਣੇ ਬਥੇਰਾ ਕੁੱਟ ਕੁੱਟ ਉਹ ਥੱਕ ਗਿਆ ਉਹ ਤਾਂ ਢੀਠ ਹੋ ਰਹੀ ਹੈਗੀ ਅਸੀਂ ਤਾਂ ਲੜਾਈ ਮਟਿਆਈ ਐ ਉਹੀ ਗੱਲ ਮੋਟਰ ਲੈ ਕੇ ਉਹ ਸਾਡੇ ਕੋਈ ਕਰਮ ਨਹੀਂ ਧੋ ਲੈਂਦੀ ਜਿੰਨਾ ਕੁ ਸਾਡੇ ਕਰਮਾਂ 'ਚ ਲਿਖਿਆ ਭਾਈ ਅਸੀਂ ਖਾ ਲਾਂਗੇ ਚੱਲ ਧੱਕੇ ਨਾਲ ਕੋਈ ਉਹ ਸਿਉਣੇ ਦੀਆਂ ਗੰਦਾਂ ਨਹੀਂ ਕਰ ਲੂੰਗੀ ਮੈਨੂੰ ਤਾਂ ਐਂ ਲੱਗਦਾ ਵੀ ਇਹ ਸਾਰੇ ਰਲੇ ਹੋਏ ਨੇ ਕੀ ਪਤਾ ਵਿੱਚ ਕਰਮੇ ਦੀ ਵੀ ਚਾਲ ਹੋਵੇ ਵੀ ਸਾਡੇ ਨਾਲ ਸਾਰਾ ਕੁਝ ਹੋ ਜੇ ਕੋਈ ਪਤਾ ਨਹੀਂ ਭੈਣੇ ਅੱਜ ਕੱਲ ਸਰੀਕ ਇਹੋ ਜਿਹੀ ਹੁੰਦੇ ਨੇ ਨਹੀਂ ਨਹੀਂ ਭੈਣੇ ਉਹਦੀ ਕਾਨੂੰ ਹੈ ਚਾਲ ਉਹ ਤਾਂ ਵਿਚਾਰਾ ਪਹਿਲੇ ਦਿਨੋਂ ਫਸਿਆ ਹੋਇਆ ਇਹਦੇ ਨਾਲ ਦੁਸਤੀ ਦੀ ਮੀ ਨਾਲ ਮੰਮੀ ਆਪਾਂ ਨੂੰ ਤਾਂ ਕੀ ਪਤਾ ਨਾਲੇ
ਕਰਾਉਂਦਾ ਹੈ। ਨਹੀਂ ਨਹੀਂ ਚਾਚੀ ਉਹ ਨਹੀਂ ਕੋਈ ਗੱਲ, ਚਾਚਾ ਤਾਂ ਵਿਚਾਰਾ ਕੀ ਕਰੇ, ਚਾਚਾ ਤਾਂ ਮਜਬੂਰ ਹੋਇਆ ਹੋਇਆ ਹੈ। ਚਲ ਚੰਗਾ ਲੈ ਚਾਹ ਪਈ ਹੈ, ਘੁੱਟ ਤਾਂ ਲਿਆ ਦੇ ਭੈਣੇ। ਹਾਂ ਹਾਂ ਲਿਆਉਣੀ ਹੈ ਚਾਚੀ, ਚਾਹ ਬਣੀ ਪਈ ਹੈ। ਚਾਹ ਦੇ ਟਾਈਮ ਤੇ ਆਉਣੀ ਆ ਤੂੰ। ਨਹੀਂ ਕੋਈ ਨਾ, ਫੇਰ ਕੀ ਹੋ ਗਿਆ, ਮੇਰੀ ਵੀ ਨੂੰਹ ਐ ਹੋ ਮੈਨੂੰ ਪੀ ਲੈਂਦੇ, ਦੋ ਘੁੱਟਾਂ ਉਹਦੇ ਹੱਥ ਦੀਆਂ ਗੱਲਾਂ ਦੇ ਕਰਦੀ। ਨਿਸ਼ਿੰਦਰੇ ਨੀ ਆ ਜਾ, ਕਰੀ ਆ ਮੈਂ, ਲੈ ਅੰਦਰ ਬੜੀ ਬੈਠੀ ਐ। ਨੀ ਹੋਰ ਕੀ ਕਰਾਂ ਹੁਣ, ਤੈਨੂੰ ਪਤਾ ਜੇ ਬਾਹਰੇ ਬਹਿਣੀ ਆ ਬੜੀ ਇਹ ਮੱਥੇ ਲੱਗਦੀ ਆ, ਮੈਂ ਤਾਂ ਬਸ ਇਹਨਾਂ ਤੋਂ ਟਲਕੇ ਜੀ ਬੈਠ ਜਾਨੀ ਆ। ਮੈਂ ਬਾਹਰ ਹਾਕਾ ਮਾਰੀ ਜਾਨੀ, ਮੈਂ ਪਤਾ ਨਹੀਂ ਕਿੱਧਰ ਗਈ ਜਾ। ਹੋਰ ਬਸ ਕੰਮ ਧੰਦਾ ਐ, ਸਨੇਹੀ ਨਵੇੜ ਲੈਨੀ ਆ ਮੈਂ ਤਾਂ, ਫਿਰ ਆਉਂਦੇ ਚਲ ਘੰਟਾ ਆਰਾਮ ਕਰਦੇ ਬਈ ਬਹਿ ਜਾਨੀ ਆ। ਚਲ ਵਧੀਆ ਕਰਿਆ, ਹੋਰ ਐਵੇਂ ਜੇ ਇਹਨਾਂ ਦੇ ਸਾਹਮਣੇ ਬਹਿਣੀ ਆ ਬੜੀ ਐਵੇਂ ਕਿਚੀ ਕਰਵਿੰਦੀਆਂ ਜਾਂ ਕਰਦੀਆਂ ਉਹੀ, ਫਿਰ ਮੈਨੂੰ ਫਿਰ ਚੜ ਜਾਂਦੀ ਹੈਗੀ। ਤੂੰ ਤਾਂ ਅੰਦਰ ਵੜ ਕੇ ਬੈਠੀ ਐ, ਆ ਤੁਹਾਡੇ ਫੌਜੀ ਨੇ ਜਾਣਾ ਅੱਜ, ਮਾੜੀ ਮੋਟੀ ਖਬਰ ਸਾਰ ਰੱਖ ਲਿਆ ਕਰ, ਅੰਦਰ ਬੈਠੀ ਨੂੰ ਕੀ ਪਤਾ ਲੱਗੂ ਤੈਨੂੰ। ਅੱਗੇ ਫੌਜੀ ਨੇ ਜਾਣਾ, ਫਿਰ ਮੈਂ ਕਿਹੜਾ ਫੌਜੀ ਨੂੰ ਪਿੰਨੀਆਂ ਵੱਟ ਕੇ ਦੇਣੀਆਂ, ਬਗ ਜੇ ਫੌਜੀ ਨਾਲੇ, ਇਹਦਾ ਤਾਂ ਇਹ ਨਹੀਂ ਪਤਾ, ਮੁੜ ਕੇ ਕਹਿ ਦੇ ਵੀ ਮੈਂ ਤਾਂ ਛੁੱਟੀ ਵਧਾ ਲਈਏ ਇਹੋ ਜਿਹੀ ਐ। ਹਾਂ ਸਹੀ ਗੱਲ ਐ, ਉਹ ਕਹਿ ਕੇ ਤਾਂ ਮੈਂ ਦੱਸ ਦਿਆਂ ਰਹੂੰਗਾ, ਰਹਿ ਮਹੀਨਾ ਜਾਂਦਾ। ਹੋਰ ਇਹਦਾ ਆਈ ਐ ਉੱਥੇ ਕਾਹਨੂੰ, ਤੈਨੂੰ ਪਤਾ ਮਿਹਨਤਾਂ ਕਰ ਸਕਦੇ ਨੇ। ਜਾ ਕੇ ਆਈ ਆ ਪਹਿਲਾਂ, ਮੈਂ ਬੈਠੀ ਸੀ ਤੁਹਾਡੇ ਵਾਲੀ ਵੱਡੀ ਤੇ ਨਾਲੇ ਉਹ ਬੈਠੀ ਸੀ ਤੁਹਾਡੀ ਕੁੜੀ, ਮਸ਼ੀਨ ਡਾਈ ਬੈਠੀ ਸੀ, ਮੈਂ ਕਿਹਾ ਨਹੀਂ ਜਾਣਾ ਨਹੀਂ ਤੇ ਸਹੁਰੇ ਆਖ, ਮੈਂ ਤਾਂ ਜਾਊਂ ਕੱਲ ਨੂੰ, ਮੈਨੂੰ ਲੱਗਦਾ ਵਧੀਆ ਉਜੜੂ ਕੱਲ ਨੂੰ। ਹਾਂ ਹੁਣ ਤਾਂ ਬਾਹਲੀ ਰਕਾਨ ਬਣਦੀ ਹੈ ਨਾ ਵੀ, ਛੇਤੀ ਕੱਪੜੇ ਜਿਹੜੇ ਹੁਣ ਮੈਂ ਐਸੇ ਹੋ ਜਾ ਮਾਂ ਦੇ, ਵੀ ਚੱਲ ਵਧੀਆ, ਮੈਂ ਤਾਂ ਕਹਿਣੀ ਆ ਜੇ ਭਗ ਜੇ, ਹਾਂ ਅੱਧੀ ਲੜਾਈ ਘੱਟ ਜੇ ਸਾਡੇ ਘਰੇ, ਬਾਹਲਾ ਬੋਲਦੀ ਹੈ, ਮੈਨੂੰ ਤਾਂ ਬਾਹਲੀ ਭੈੜੀ ਲੱਗਦੀ ਆ ਉਹ। ਦੇਖੋ ਮੇਰੀ ਗੱਲ ਸੁਣ ਲਾ, ਮਾਂ ਨੇ ਬਾਲ ਜੇ ਸਿੱਧੇ ਕਰਾਤੇ ਹੈ, ਕੀ ਸਨੇ ਪਿਸਨੇ ਕਰਾਉਂਦੇ ਦੱਸ, ਵੀ ਜਿਹੜੇ ਇਹਦੇ ਚੂਨ ਬਾਲ ਪਏ ਹੋਏ ਨੇ ਉਹ ਕੱਢ ਦੇ ਕੱਢ ਦੇ, ਉਹ ਗੱਲ ਹੈ ਨਾਲੇ ਪਿੰਡ ਉੱਥੇ ਅਗਲੇ ਕੀ ਕਹਿਣਗੇ, ਲੈ ਜਦੋਂ ਜਾਂਦੇ ਕੁਛ ਨਾ ਕੁਛ ਕਰਾ ਕੇ ਆਉਂਦੇ। ਆਹੋ ਉਹੀ ਐ ਕੂਸ਼ਕੜਾ ਜਿਹਾ ਬਣਾਤਾ, ਦੱਸ ਉੱਥੇ ਜਲੂਸ ਕੱਢਦੀ ਹੈਗੀ, ਘਰ ਵਾਲਾ ਘਰੇ ਨਹੀਂ ਹੈਗਾ, ਆਪ ਪ੍ਰਧਾਨ ਬਣੀ ਫਿਰਦੀ ਹੈਗੀ। ਉਹੀ ਐ ਫੈਸ਼ਨ ਲੋਟ ਨਹੀਂ ਆਉਂਦੇ, ਫੈਸ਼ਨ ਹੀ ਪੱਲੇ ਨੇਗੇ, ਜੇ ਮੇਰੇ ਵਰਗੀ ਬੋਲਦੀ ਐ ਫਿਰ ਮਾੜੀ ਵੱਜਦੀ ਐ। ਚੱਲ ਵਧੀਆ, ਤਾਂ ਹੀ ਤਾਂ ਮਾੜੀ ਵੱਜਦੀ ਆ, ਮੇਰੀ ਗੱਲ ਸੁਣੀ, ਮੈਂ ਤਾਂ ਉਹ ਗੱਲ ਛੇੜ ਲਈ ਉਹਨਾਂ ਨੂੰ, ਮੈਂ ਕਿਹਾ ਕੀ ਬਣਿਆ ਭੈਣੇ ਮੋਟਰ ਦਾ, ਕਹਿੰਦੀ ਭੈਣੇ ਕੀ ਬਣਨਾ ਤੈਨੂੰ ਪਤਾ ਉਹ ਕਰਮੇ ਦੇ ਉੱਤੋਂ ਦੀ ਆ, ਉਹ ਸਾਡੀ ਕਿੱਥੇ ਸੁਣਦੀ ਹੈ, ਫਿਰ ਭੈਣੇ ਆ ਕੇ ਮੋਟਰ ਉਹਦੇ ਨਾਲ ਲਵਾਤੀ। ਕਹਿੰਦੀ ਮੈਂ ਤਾਂ ਐਂ ਕਹਿੰਦੀ ਹੈਗੀ ਵੀ ਜਿਹੜੀ ਮੋਟਰ ਸਾਨੂੰ ਰੋ ਕੇ ਪਟਾ ਕੇ ਆਪਦੇ ਨਾਲ ਲਵਾਈ ਆ, ਮੈਂ ਤਾਂ ਕਹਿੰਦੀ ਉਹਦਾ ਪੁੱਤ ਮਰ ਜਾਊ ਉਹਦੇ ਨਾਲ ਲੱਗ ਕੇ, ਲੱਭੇ ਵਾ ਇਹੋ ਜਿਹੀਆਂ ਗੱਲਾਂ ਕਰਦੀ ਹੈ। ਮਰ ਜਾ ਜੈ ਬੱਟੀਆ, ਦੇਖ ਕੇ ਮੇਰੇ ਕਾਲਜੇ ਨੂੰ ਹੱਥ ਪਾਉਂਦੀ ਆ, ਮੇਰਾ ਪੁੱਤ ਕਾਹਨੂੰ ਮਰ ਜਾਊ, ਉਸੇ ਲਈ ਨਾ ਮਰ ਜੇ, ਮੈਂ ਪੁੱਛਾਂ ਨੂੰ ਹੁਣੀ ਜਾ ਕੇ। ਨਹੀਂ ਨਾ ਮੇਰੀ ਗੱਲ, ਤੂੰ ਭੜਕਿਆ ਨਾ ਕਰ, ਮਾੜੀ ਜੀ ਗੱਲ ਤੋਂ ਭੜਕ ਪੈਂਦੀ ਆ ਫਿਰ ਉਹ ਮੇਰੇ ਕੋਲ ਗੱਲ ਕਰਨੋਂ ਹਟ ਜਾਣਗੀਆਂ। ਗੱਲ ਕੀ, ਮੈਂ ਤਾਂ ਹੁਣ ਗੁੱਤਣੀ ਨੂੰ ਕਿਹੜਾ ਦੇ ਦੂੰ। ਨਹੀਂ ਨਹੀਂ ਉਹ ਤੇਰਾ ਬੇੜਾ ਬਹਿ ਜੇ ਤੇਰਾ ਬੇ ਕੰਮ ਦਾ ਡੱਕਾ ਤੋੜ ਲਿਆ ਕਰ ਸਾਰਾ ਦਿਨ ਬੈੱਡ ਨਾਲ ਲੱਗਾ ਰਹਿਣਾ ਮਰ ਜਾਏਗਾ ਬੈੱਡ ਨਾਲ ਪਿਆ ਕਿਸੇ ਦਿਨ। ਉਹ ਮੂੰਹ ਚੱਜਦਾ ਨਹੀਂ ਨਾ, ਗੱਲ ਚੱਜਦੀ ਕਰ ਲੈ, ਘਰ ਸਾਰਾ ਦਿਨ ਬੇੜੇ ਪਾਉਂਦੀ ਰਹਿਣੀ ਹੈਗੀ। ਕਿੱਧਰ ਨਿਕਲੀ ਸੀ ਨਾਲੇ, ਹੁਣ ਤੂੰ ਘੰਟਾ ਹੋ ਗਿਆ ਡਿੱਕੀ ਜਾਂਦੇ ਨੂੰ ਇੱਥੇ। ਤੇਰਾ ਸਿਆਪਾ ਕਰਨ ਗਈ ਸੀ ਉਧਰ ਫੌਜੀ ਕੇ, ਔਰ ਮੈਂ ਨਿਕਲ ਗਈ ਸੀ ਕਿਤੇ। ਘਰ ਦਾ ਕੰਮ ਵੀ ਦੇਖ ਲਿਆ ਕਰ ਮਾੜਾ ਮੋਟਾ। ਘਰੇ ਹੁਣ ਤੈਨੂੰ ਤਾਂ ਲੰਗਰਾਂ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ, ਤੂੰ ਕੀ ਕਰਦਾ ਹੁੰਦਾ, ਆਪਦੀ ਚਾਹ ਘੁੱਟ ਬਣਾ ਕੇ ਪੀ ਲਿਆ ਕਰ, ਮੇਰੇ ਤੇ ਬੈਠਾ ਰਹਿਣਾ ਵੀ ਆਊਗੀ ਤਾਂ ਮੈਨੂੰ ਲੰਗਰ ਪਰੋਸ ਕੇ ਦਊਗੀ। ਫਿਰ ਤਾਂ ਇੱਥੋਂ ਇੱਥੇ ਮੈਂ ਦਾਲ ਦਲਾਉਣੀ ਆ ਜੇ, ਰੋਟੀਆਂ ਹੀ ਮੈਂ ਲਾਉਣੀਆਂ ਨੇ। ਚੱਲ ਛੱਡ ਪਰੇ, ਤੂੰ ਦੱਸ ਕੀ ਕਰਨ ਗਈ ਸੀ ਉਹਨਾਂ ਦੇ ਘਰੇ ਫਿਰ। ਵੇ ਮੇਰੀ ਗੱਲ ਸੁਣ ਲੈ, ਅੱਜ ਫੌਜੀ ਨੇ ਜਾਣਾ ਸੀ, ਮਾੜਾ ਮੋਟਾ ਤੂੰ ਵੀ ਬਾਹਰ ਨਿਕਲ ਜਾ ਕਰ, ਕਿਸਦੇ ਮੂੰਹ ਮੱਥੇ ਲੱਗ ਜਾ ਕਰ, ਪਤਾ ਲੱਗ ਜੇ ਤੈਨੂੰ ਵੀ ਬਾਹਰ ਕੀ ਹੋਈ ਜਾਂਦਾ। ਉਹ ਪਤਾ ਹੀ ਆ ਕੀ ਹੋਈ ਜਾਂਦਾਗਾ ਬਾਹਰ, ਬਾਕੀ ਮਿਲ ਲੂੰਗਾ ਮੈਂ ਉਹਨੂੰ, ਫੌਜੀ ਨੂੰ ਮੈਨੂੰ ਪਤਾ ਕੋਈ ਨਾ ਜਾਣਾ ਚੁਣੇ। ਵੇ ਮੈਨੂੰ ਤਾਂ ਐ ਸੀ ਅੱਜ ਫੌਜੀ ਨੇ ਜਾਣਾ, ਮੈਂ ਤਾਂ ਗਈ ਸੀ, ਮੈਂ ਚੱਲ 2 ਮਿੰਟ ਦੇਖ ਕੇ ਆਉਂਦੀ ਆ ਕੀ ਕਰਦੀਆਂ ਨੇਗੀਆਂ। ਤੇ ਉਹ ਵੱਡੀ ਕੋਲ ਬੈਠੀ ਸੀ, ਉਹ ਤਾਂ ਕਿਸੇ ਗੱਲ ਥੱਲੇ ਨਹੀਂ ਆਉਣ ਦਿੰਦੀ ਹੈਗੀ, ਮਾਂ ਦੀ ਧੀ ਉਹਦੀ ਲੱਗ ਜੂ ਮਿੱਠੇ ਪੋਚੇ ਮਾਰਨ, ਆਖੇ ਨਾ ਅਸੀਂ ਤਾਂ ਬੋਲਦੇ ਨਹੀਂ, ਅਸੀਂ ਤਾਂ ਲੜਦੇ ਨਹੀਂ, ਅਸੀਂ ਤਾਂ ਕੋਈ ਗੱਲ ਨਹੀਂ ਕਰਦੇ। ਫਿਰ ਮੈਂ ਕਿਹਾ ਚੱਲ ਛੱਡ ਪਰੇ, ਤੇਰੇ ਨਾਲ ਕੌਣ ਮੱਥਾ ਮਾਰੇ। ਫਿਰ ਮੈਂ ਸਿੰਦਰ ਕੋਲ ਗਈ, ਉਹਨੂੰ ਕਹਿ ਕੇ ਆਈ ਆ 2, ਮੈਂ ਕਿਹਾ ਨਹੀਂ ਫੌਜੀ ਨੇ ਜਾਣਾ ਅੱਜ, ਬਾਹਰ ਬਹਿ ਜਾ ਕਰ, ਅੰਦਰ ਬੜੀ ਰਹਿਨੀ ਹੈਗੀ ਨੇਰ ਘੁੱਪ ਘੇਰ ਚ। ਫਿਰ ਕੀ ਕਹਿੰਦੀ ਉਹ? ਫਿਰ ਕੀ ਕਹਿਣਾ ਸੀ, ਬਸ 4 ਗੱਲਾਂ ਕਹਿ ਕੇ ਆ ਗਈ, ਤਾਂ ਤੈਨੂੰ ਕਹਿੰਨੀ ਆ ਮਾੜਾ ਮੋਟਾ ਤੂੰ ਵੀ ਬਗ ਜਾ ਕਰ, ਪਤਾ ਲੱਗਦਾ ਰਹਿੰਦਾ ਕੀ ਹੁੰਦਾ ਉਹਨਾਂ ਦੇ ਘਰੇ। ਉਹ ਤਾਂ ਠੀਕ ਆ, ਹੁਣ ਜਿਹੜਾ ਕਲੇਸ਼ ਪਾਉਣਾ ਸੀ ਉਹ ਤਾਂ ਤੂੰ ਪਵਾਤਾ, ਹੁਣ ਘੱਟ ਜਾਇਆ ਕਰ, ਤੈਨੂੰ ਮੈਂ ਕਹੀ ਜਾਣਾ ਉਹਨਾਂ ਦੇ। ਬੇ ਕੋਈ ਨਾ, ਮੇਰੀ ਗੱਲ ਸੁਣ, ਮੇਰਾ ਤਾਂ ਕਾਲਜਾ ਠਰ ਜਾਂਦਾ, ਨਾਲੇ ਜਿੱਥੇ ਮੈਂ ਬਗ ਜਾ ਉੱਥੇ ਕਲੇਸ਼ ਨਾ ਪਵੇ, ਇਹ ਹੋ ਸਕਦਾ ਹੈਗਾ? ਉਹ ਤਾਂ ਪਤਾ ਹੀ ਆ ਮੈਨੂੰ, ਇੱਥੇ ਵੀ ਆ ਕੇ ਕਲੇਸ਼ ਹੀ ਪਾਇਆ ਤਾਂ ਇੱਥੇ ਕਿਹੜਾ ਭਾਦਰ ਕਾਰਾ ਕਰਿਆ। ਮੈਨੂੰ ਤਾਂ ਇਹ ਹੈ ਵੀ ਸਿੰਦਰ ਮੇਰੀ ਗੱਲ ਸੁਣ ਲੈਂਦੀ ਹੈ, ਆਪਣੇ ਬਲ ਦੀ ਤਾਂ ਸਿੰਦਰ ਹੀ ਹੈ, ਤਾਂ 2 ਗੱਲਾਂ ਦਾ ਪਤਾ ਲੱਗਦਾ ਰਹਿੰਦਾ ਹੈਗਾ। ਫਿਰ ਚਾਹੀਦਾ ਆਪਣੇ ਬਲ ਦੀ ਵੀ ਚਾਹੀਦੀ ਹੈ, ਉਸੇ ਕੋਲੇ ਜਾ ਕੇ ਵੱਧ ਘੱਟ ਕਰਿਆ ਕਰ ਨਾ ਗੱਲਾਂ ਤੋਂ। ਚੱਲ ਮੇਰੀ ਗੱਲ ਸੁਣ, ਉਹਨਾਂ ਦਾ ਰੇਹ ਵਾਲਿਆਂ ਦਾ ਫੋਨ ਆਇਆ ਸੀ, ਕੀ ਕਹਿੰਦੇ ਸੀ? ਉਹ ਜਾਣਾ ਮੈਂ ਉਧਰੋਂ ਸਿੱਟਦਿਆਂ, ਕੋਈ ਨਾ ਬੰਦ ਤੇ ਕਿਉਂ ਚੱਕਣਾ ਰੇਹ ਜਾਂ, ਚੱਕ ਲਾਂਗੇ ਅੱਜ।
आप तो पहाड़ों पत्थर लिया सूर मंगू मां वेखी समय लंघदे दा कुछ नहीं पता लगता है ना राज कोई खुशी जी आला माहौल ही नहीं होया जनू चल कोई नी मां कानू सोच दी होनी इन गल मेरी गल सुन मां मैं सारी तैयारी कर ली आपकी मैं कहना सी तेनू देख जे पिछो चाचे वर्गे कुछ बोलते होंगे है ना तो तुम कुछ भी ना बोलिया करो चाची तो आती यह जी है देख बापू ने सारा कुछ वंट के देता मोटर रही सी वह भी वंटती थोनू बोलन की हूँ कोई लोड़ नहीं हैगी मैं तो जमें ही नहीं बोलती ना तो मैं कदे पहला बोली सी हूं तो मैं बोलने ही है हाँ जिम्मे मर्जी करी जाए पुत मैं नहीं बोलती मेरी चिंता ना करी तू सही गल है मां देख मैं भी किसी गल च नहीं बोलिया है जिम्मे बापू नू चंगा लग्या ओवे करता उन्होंने चल पुतो बड़ा सीगा है ना प्योआ दे थां भी ओसी भाइयां दे थां भी ओनी सी ओने ऐ दरियात नहीं करी हैगी छोटे भाई नाल भी कोई चीज नहीं दित्ती ओनू सही गल है हां कल नू आई नहीं आखूगी देख भी मैनू कुछ दित्ता नहीं बन हां मनप्रीत चल मैं पुत बग जूंगा ते हुण तू भी आपदे सौरी बग जी चंगा वीरे मैं तो पहले ही मम्मी नू कह के हटी हां भी मेरे रत तेरे बिना हुई नहीं जी लगना मैं तो कल ही बग जूंगा तो सॉरी चल कोई गल नहीं चंगा आपदी सस सौरे नाल ना प्यार ना रहा कर उन्हां नाल कुछ ना बोलया कर चंगा वीरे जे मैं उन्हां दे अगे बोलूंगी केड़ा मैनू नाम दा टिक्का मिल जूगा हां तुसीं मैनू एहो जी परवरिश तां दित्ती नहीं भी मैं बगाने घरे जाके थोड़ी बेइज्जती करावां उत्ते ही समझाई जानी है इनू एक वेले बड़ा बंदा कोई गल कह भी दिंदा तू मां दीआं भी चलदीआं पुत सस दीआं भी चल ले है ना कोई छोटा नहीं हुंदा हैगा जवाक पर पुत जे माड़ा जा मूहरे बोलेंगे उन्होंने मन च हरख गुस्सा आ जाता नहीं बोलती मां नहीं बोलती क्यों टेंशन चक्की आ क्या एक तो उन्हों का पुत नहीं है कोले चल मां मेरी गल सुन मैनू ना दो चार परौंठे ला दी ते सुक्की जी सब्जी बना दी कोई पुत फलियां चीरियां पईयां ने इक तां मैं फलियां दी सब्जी बना दूंगी हां पिंडियां पता नहीं उहने पातियां खनाम नूं कि हासी महा ढोली च पंजीरी तां मैं तेरी पा दी सी चल कोई नहीं ते पिंडियां बनाईयां सी महा कुड़े पिंडियां पा दी चंगा नाले वीरे जदों अगली छुट्टी आ ना वावा सारी लंबी छुट्टी लैके आई ते चल कोई गल नहीं भैणे अग्गे ते ना 2 महीने दी छुट्टी आऊंगा मैं मैं तो सोची होंगी सी वीरे नाल घूम के आवांगे आ घर दे काटो क्लेश ने किसे पासे निकलने नहीं दित्ता कोई चल मां मेरी गल सुन मैं ना जसवीर है मेरा दोस्त ओदे कोले जाके आउणा फिर पता नहीं किते मिलया जाऊ कोई ना पुत जा आ जी नु मिल के आउणा मिलया मम्मी वेखी बाई किवें आउदा दिल पत्थर करी फिरदा हैना नहीं घर बार छड के जान नु किदा जी करदा किसे तो नहीं जाया जांदा घर बार छड के पुत मजबूरियां ने आ पापी पेट दी खातर फिरदे आ सारा दिन भज्जे देख ला लै किवें हसू हसू करदा जांदा वीरे बिना मेरा नी जी लगना भाभी बेचारी की करिए पुत अस तो दोए रह जाइए मामा तिया चल कोई ना हो जाने तू 10-15 दिन लाया तू फिर आ जी 10 दिन साडे कोल चल कोई नहीं आए तो मैं सुबह शाम वीडियो कॉल करा करूंगी ओके मैं साड़े ला बड़ी चक में पेरी हो जाना चक में पेरी था कानू मैं मेरे यार नू मिलने चलिया सी आज अथने में जाना है मैनू आए सी फिर पता नहीं कितने मिले जाऊ आज भी जाना तू और भाई होगी छुट्टी पूरी ले दिन जानते हैं नू की लगता है तेनू पता है रूढ़ महीना ही लंघ गया छोटा भाई है गल्लां दिल ते ना लाया कर बई गल्लां एह जी हो गईआं सी ना तां करके आपदे मन नूं तां हुंदी है यार भी हणा कदे आपां बोले भी नहीं सी माड़ी जी गल पिछे ना किन्ना पता वगदा ओए चल कोई नहीं फिकर ना कर कबीलदारियां च एह जीआं छोटीआं मोटीआं गल्लां हुंदीआं रहिंदीआं ने चल ऐ तां ठीक है बई फिर वापस छुट्टी कदों मिलू तैनूं ओ की पता हुण 6 महीनिआं नूं जां 3 महीनिआं नूं जिद्दे अफसरां दी मर्जी आ ओदे छुट्टी दिंदे ने चल कोई ना बई फिर तूं जाया ते मैं तैनूं चढ़ा आऊं फिर मैं आउणा चंगा कोई गल नहीं मुंडे नाल कोई गल नहीं कोई नहीं तूं वी करे वग चल मैं जाना ठीक है बई तेन कहा छेती कर देख ला कंजर दे मन च कुछ नहीं है आप ही बाज मार के खड़ा लिया कहिंदा बाई उरे आ वो सियाने सच कहिंदे ने जे आपदा मारू छावे सिट्टू आपदा तो आपदा ही हुंदा चल शुक्र है नाले तो फौजी जा बगजू
ਨਾਲੇ ਕੁੜੀ ਜੀ ਵਾਲੀ ਮੇਰੇ ਤਾਂ ਕਾਲਜ ਚ ਠੰਡ ਪੈ ਗਈ ਵੀ ਚੱਲ ਮੈਂ ਐਵੇਂ ਕਿਉਂ ਮੱਚੀ ਜਾਂਦੀ ਹਾਂ ਮੈਂ ਤਾਂ ਚਿੱਤ ਖੁਸ਼ ਕਰਨਾ ਇੱਕ ਬੋਲੀ ਵੀ ਪਾ ਲਾ ਬਾਰਾਤਾਂ ਬਰਿਆਂ ਦੀਆਂ ਮੁੰਡਿਆਂ ਤੇਰੀਆਂ ਬੇਪੁੱਗੀਆਂ ਹੁਣ ਪੁੱਗਣ ਗੀਆਂ ਮੇਰੀਆਂ ਬੇ ਥਾਣੇਦਾਰਾਂ ਤੇ ਖੜਕਣ ਮੇਰੀਆਂ ਬੇ ਥਾਣੇਦਾਰਾਂ ਤੇ ਖੜਕਣ ਮੇਰੀਆਂ ਬੇ ਕੀ ਗੱਲ ਹੋ ਗਈ ਬਾਲੀਆਂ ਬੋਲੀਆਂ ਪਾਈ ਜਾਣੀਆਂ ਬੇ ਹੁਣ ਗੱਲ ਹੀ ਬੋਲੀਆਂ ਪਾਉਣ ਵਾਲੀ ਹੈ ਮੈਨੂੰ ਸੋਨੀਆ ਦੱਸ ਕੇ ਗਈ ਹੈ ਨਾਲ ਤਾਂ ਆਪਣੇ ਵਾਲਾ ਫੌਜੀ ਜਾਊਗਾ ਅੱਜ ਨਾਲੇ ਉਹ ਕੁੜੀ ਜੀ ਵੀ ਜਾਣ ਨੂੰ ਫਿਰਦੀ ਹੈ ਹੁਣ ਆਪਦੇ ਸਹੁਰੇ ਮੈਨੂੰ ਤਾਂ ਸਹੁੰ ਲੱਗੇ ਮੇਰਾ ਤਾਂ ਕਿਤੇ ਧਰਤੀ ਤੇ ਪੈਰ ਨਹੀਂ ਲੱਗਦਾ ਉਹ ਫਿਰ ਉਹਨਾਂ ਨੇ ਜਾਣਾ ਹੀ ਆ ਹੁਣ ਡਿਊਟੀ ਆ ਉਹਦੀ ਵੀ ਚੱਲ ਵਧੀਆ ਫਿਰ ਮੈਂ ਕਦੋਂ ਕਹਿਣੀ ਆ ਵੀ ਇੱਥੇ ਬੈਠਾ ਰਹੇ ਇਹੀ ਗੱਲ ਤਾਂ ਮੈਂ ਕਹਿਣੀ ਆ ਵੀ ਵਗ ਜੇ ਉਹ ਛੇਤੀ ਉਹ ਤੂੰ ਮੇਰੀ ਗੱਲ ਸੁਣ ਨਵੀਂ ਵਿਆਹੀ ਮੰਗੂ ਤੂੰ ਅੰਦਰ ਹੀ ਬੈਠੀ ਰਹਿਣੀ ਆ ਉੱਤੋਂ 1000 ਰੁਪਇਆ ਕੱਢ 500 ਰੁਪਇਆ ਜਾ ਕੇ ਮੁੰਡੇ ਨੂੰ ਸਾਗਨ ਦੇ ਆ ਲੈ ਪਹਿਲਾਂ ਤਾਂ ਤੇਰੇ ਉਹੀ ਅੱਗ ਮੱਚ ਜਾਂਦੀ ਆ ਸਰੀਕਾਂ ਨੇ ਤਾਂ ਮੱਚਣਾ ਹੀ ਮੱਚਣਾ ਵੀ ਦੱਸ ਜੇ ਮੈਂ ਕਦੇ ਵਿਹਲੀ ਹੋ ਕੇ ਬਹਿ ਜਾਂ ਕੋਈ ਕੰਮ ਤੈਨੂੰ ਤੱਕ ਸੁਨੇਹਾ ਨਿਬੇੜਨਾ ਬੋਲਦਾ ਤੇਰੇ ਪਤਾ ਨੀ ਕੌਣ ਕੰਨ ਭਰ ਜਾਂਦਾ ਗਾ ਮੈਂ ਕਦੇ ਸੁਣਿਆ ਨੀ ਉਹ ਕਹਿੰਦੇ ਬੇ ਤੇਰੇ ਮੂੰਹ ਦੇ ਮਿੱਠੇ ਬਣ ਕੇ ਰਹਿੰਦੇ ਬੁੱਧੂਆ ਔਰ ਲੋਕਾਂ ਕੋਲੇ ਸਾਰਿਆਂ ਕੋਲੇ ਕਹਿੰਦੀ ਤੁਰੀ ਫਿਰਦੇ ਮੈਨੂੰ ਸੋਨੀਆ ਦੱਸ ਕੇ ਗਈ ਹੈ ਓਏ ਮਿੱਠੇ ਬਣ ਕੇ ਉਹ ਨਹੀਂ ਰਹਿੰਦੇ ਮਿੱਠਾ ਬਣ ਕੇ ਤਾਂ ਮੈਂ ਰਹਿਣਾ ਤੇ ਜਿਹੜੇ ਹਿਸਾਬ ਨਾਲ ਤੂੰ ਆ ਕੰਮ ਕਰਦੀਆਂ ਨਾ ਚੱਲਦੀਆਂ ਜਿਹੜੇ ਹਿਸਾਬ ਨਾਲ ਲੋਕਾਂ ਦੀਆਂ ਸੁਣ ਸੁਣ ਉਹਨਾਂ ਦੇ ਮਗਰ ਲੱਗਦੀਆਂ ਇਹ ਇੱਕ ਦਿਨ ਤੇਰੀ ਜਵਾਨ ਕੋਈ ਕਾਰਾ ਕਰਾਊਗੀ ਤੇ ਮੈਂ ਫਿਰ ਕੀ ਕਿਹਾ ਮੈਂ ਤਾਂ ਚੁੱਪ ਹੀ ਕਰ ਗਈ ਮੈਂ ਕਿਹੜਾ ਉਹਨਾਂ ਨਾਲ ਲੜਨ ਵਗ ਗਈ ਉਹ ਲੜ ਤੇਰੀ ਮੈਨੂੰ ਕੋਈ ਤਵਾਰੀ ਨਹੀਂ ਨਾ ਲੱਗਦੀ ਤੇਰਾ ਐ ਨਹੀਂ ਪਤਾ ਉਹਦੀ ਹੱਥ ਕੱਢ ਕੇ ਲੜਨ ਲੱਗ ਜਾਂਦੀ ਤੂੰ ਤਾਂ ਫਿਰ ਭਾਈ ਮੈਥੋਂ ਵਾਲੀਆਂ ਨਹੀਂ ਸੁਣੀਆਂ ਜਾਂਦੀਆਂ ਤੇਰੇ ਵਰਗਾ ਮੈਥੋਂ ਨਹੀਂ ਬਣਿਆ ਜਾਂਦਾ ਸੁਣਨੀਆਂ ਪੈਣੀਆਂ ਕਹਿੰਦੇ ਹੁੰਦੇ ਨਾ ਕਹਿੰਦੇ ਜਨਾਨੀ ਦੀ ਮੱਤ ਕਿੱਚੀ ਪਿੱਛੇ ਹੁੰਦੀ ਤੇਰੀ ਤਾਂ ਗਿੱਟਿਆਂ ਚ ਹੀ ਪਈ ਆ ਮਾੜੀ ਮੋਟੀ ਅਕਲ ਲੈ ਲਾ ਤੂੰ ਤੇਰੀ ਤਾਂ ਮੈਂ ਕਹਿੰਦੀ ਅਕਲ ਥਾਂ ਥਾਂ ਡੁੱਲਦੀ ਤੁਰੀ ਫਿਰਦੀ ਹੈ ਮੈਂ ਤੈਨੂੰ ਉਦੋਂ ਵੀ ਕਿਹਾ ਸੀਗਾ ਵੀ ਜਿਵੇਂ ਮੈਂ ਕਹਿਣਾ ਉਵੇਂ ਕਰ ਲਓ ਵਧੀਆ ਰਹੋਗੇ ਨਾਲੇ ਜਿਹੜਾ ਆਪਾਂ ਮੁੰਡੇ ਨੂੰ ਸ਼ਗਨ ਦੇਵਾਂਗੇ ਉਹ ਗੱਲ 1000 ਰੁਪਏ ਦੀ ਥੋੜੀ ਆ ਗੱਲ ਤਾਂ ਇਹ ਆ ਵੀ ਉਹਨਾਂ ਨੂੰ ਐਂ ਲੱਗੇ ਵੀ ਸਾਡੇ ਹਮਦਰਦ ਨੇ ਇਹ ਬੇ ਕੁਛ ਨਹੀਂ ਭੁੱਲੇ ਮੇਰੀ ਗੱਲ ਸੁਣ ਲਾ ਚੱਲ ਮੈਂ ਤੇਰੀ ਗੱਲ ਮੰਨ ਲੈਂਦੀ ਹੂੰ ਤਾਂ ਮੇਰਾ ਉਹਨਾਂ ਦੀ ਦੇਹੜੀ ਪੈਰ ਤਾਂ ਨੂੰ ਜੀ ਨਹੀਂ ਕਰਦਾ ਪਰ ਫਿਰ 500 ਕਾਹਦੇ ਵਾਸਤੇ ਦੇਣਾ 100 ਮੱਥੇ ਮਾਰਾਂਗੇ ਉਹਨਾਂ ਦੀ ਓਏ ਮੇਰੀ ਗੱਲ ਸੁਣ ਕਮਲਿਆ ਟੋਲਿਆ ਜੇ 1000 ਰੁਪਇਆ ਦੇ ਦੇਗੀ ਫਿਰ ਆਪਣਾ ਕਿਹੜਾ ਕੁਛ ਜਾਂਦਾ ਓਏ ਆਊਗਾ ਵੀ ਆਪਾਂ ਨੂੰ ਲੱਖਾਂ ਰੁਪਇਆ ਤੂੰ ਮਾੜਾ ਜਿਹਾ ਦਿਮਾਗ ਵਰਤ ਲਿਆ ਕਰ ਲੱਖਾਂ ਆਊ ਤੈਨੂੰ ਜਾ ਕਿਤੇ ਹੁਣ ਨਾ ਉਹ ਡਾਲਰ ਲਿਆ ਕੇ ਦੇ ਦੇ ਲੈ ਉਹ ਤਾਂ ਜਦੋਂ ਮੈਂ ਲਿਆ ਲਿਆ ਕੇ ਫੜਾਉਂਦਾ ਸੀਗਾ ਉਹ ਤਾਂ ਤੇਰਾ ਥੁੱਕ ਮੁੱਕ ਜਾਂਦਾ ਸੀ ਗਿਣਦੀ ਦਾ ਅੱਜ ਤੈਨੂੰ ਐਂ ਲੱਗਦਾ ਵੀ ਲੱਖਾਂ ਆਜੂਗਾ ਚੱਲ ਮੇਰੀ ਗੱਲ ਸੁਣ ਮੇਰਾ ਐਵੇਂ ਦਿਮਾਗ ਨਾ ਖਾ ਤੂੰ ਉਹਦੇ ਕੱਢ ਲੈ ਉਹਦੇ ਚ ਜੇਬ ਚੋਂ ਪੈਸੇ 100 ਨਹੀਂ ਤਾਂ 200 ਕੱਢ ਲੈ ਚੱਲ ਫੜਾ ਆਉਣੀ ਆ ਮੈਂ ਮੇਰੀ ਗੱਲ ਇੱਕ ਸੁਣ ਲੈ ਨਾਲੇ ਜੇ ਉੱਥੇ ਗਈ ਨੂੰ ਮੈਨੂੰ ਵੱਧ ਘੱਟ ਬੋਲੀਆਂ ਨਾ ਤੇਰੀ ਖੈਰ ਨਹੀਂ ਫਿਰ ਹਾਂ ਤੈਨੂੰ ਕੋਈ ਨਹੀਂ ਬੋਲਦਾ ਹੈਗਾ ਅੱਜ ਉਹਨਾਂ ਦੇ ਘਰੇ ਖੁਸ਼ੀ ਦਾ ਮਾਹੌਲ ਆ ਕਿਹਨੇ ਬੋਲਣਾ ਨਾਲੇ ਮੇਰੀ ਗੱਲ ਸੁਣਾ ਕਹਿੰਦੀ ਨਾ ਦਿਮਾਗ ਨਾ ਖਾ ਜਿਹੜੀ ਚੀਜ਼ ਤੇਰੇ ਕੋਲੇ ਹੈ ਨਹੀਂ ਮੈਂ ਕਿਵੇਂ ਖਾ ਸਕਦਾ ਗਾ ਗੱਲਾਂ ਦੇ ਕੀ ਮਾਰਦੀ ਆ ਤੂੰ ਪੈਸੇ ਕੱਢ ਕੇ ਫੜਾ ਮੈਨੂੰ ਬੇ ਮੈਂ ਕਿਹੜਾ ਜਿੰਦਾ ਲਾਇਆ ਪੈਸਿਆਂ ਨੂੰ ਚੱਕ ਲਾ ਤੇਰੀ ਧਰੇ ਹੋਏ ਨੇ ਚੱਕ ਲਾ ਉਹ ਫੇਰ ਕਹੇਗੀ ਵੱਧ ਲੈ ਗਿਆ ਫਿਰ ਤੂੰ ਮੇਰੇ ਨਾਲ ਅੱਡਾ ਲਾ ਲੇਗੀ ਬੇ ਚੰਗਾ ਪਤਾ ਨੀ ਮਾਂ ਦੀ ਧੀ ਸਾਰਾ ਦਿਨ ਪਤਾ ਨੀ ਕੀ ਭਰਿੰਡਾ ਖਾਈ ਫਿਰਦੀ ਰਹਿੰਦੀ ਆ ਸਾਰਾ ਦਿਨ ਐਂ ਕਰਦੀ ਬਸ ਫੂਕ ਨੂੰ ਅੱਗ ਲਾ ਦੂੰ ਉਹ ਤੂੰ ਵੀ ਬਹਿ ਕੇ ਪਿਆਰ ਨਾਲ ਗੱਲ ਕਰ ਲੈ ਅੱਜ ਉਹਨੇ ਜਾਣਾ ਚਾਹ ਚਾਰ ਮਿੱਠੀਆਂ ਮਾਰਿਆ ਉਹਨਾਂ ਨਾਲ ਰਾਜ ਮਿਲਿਆ ਆ ਮੁੰਡੇ ਨੂੰ ਤੂੰ ਹਾਂ ਬਾਪੂ ਮਿਲਿਆ ਆ ਕਿੰਨੇ ਕੁ ਚਿਰ ਦੀ ਛੁੱਟੀ ਆਇਆ ਉਹ ਤਾਂ ਬਾਪੂ ਹਜੇ ਕੋਈ ਪਤਾ ਨਹੀਂ ਹੈਗਾ ਉਹ ਨਾ ਉਹਦੀ ਡਿਊਟੀ ਆ ਅਨੰਤਨਾਗ ਅੱਛਾ ਤੇ ਉੱਥੇ ਨਾ ਕੁਛ ਭੈਟ ਹੋ ਗਈ ਸੀ ਅੱਤਵਾਦੀਆਂ ਦੀ ਠੀਕ ਹੈ ਤੇ ਮੁਕਾਬਲੇ 'ਚ ਨਾ ਉਹਦੇ ਕਿਤੇ ਗੋਲੀ ਲੱਗ ਗਈ ਵਿਚਾਰੇ ਦੇ ਠੀਕ ਹੈ ਉਹੀ ਤਾਂ ਹੁਣ ਮੈਨੂੰ ਐਂ ਲੱਗਦਾ ਵੀ 5-4 ਮਹੀਨੇ ਲੱਗਣਗੇ ਠੀਕ ਹੁੰਦੇ 'ਚ ਅੱਛਾ ਹਾਂ ਉਹਨਾਂ ਟਾਈਮ ਉਹ ਇੱਥੇ ਹੀ ਹੈ ਫਿਰ ਉਹਨੂੰ ਮੈਡੀਕਲ ਬਣਾ ਕੇ ਭੇਜ ਦਿੰਦੇ ਹੁੰਦੇ ਨੇ ਠੀਕ ਹੈ ਉਹ ਚੱਲ ਰਾਜ ਤੈਨੂੰ ਆਪਣੇ ਹਾਲਾਤਾਂ ਦਾ ਪਤਾ ਹੀ ਕਿਵੇਂ ਕੁਛ ਹੋਈ ਜਾਂਦਾ ਉਹਦਾ ਚੱਲ ਮਸ਼ਹੂਰ ਮਾਤਾ ਜਿਹਾ ਜਿਹਾ ਹੈਗਾ ਭਾਈ ਤੇਰਾ ਵਧੀਆ ਪਿੰਡ 'ਚ ਨਾਂ ਬਣਿਆ ਇਸੇ ਤਰ੍ਹਾਂ ਉੱਥੇ ਡਿਊਟੀ ਨਿਭਾਈ ਭਾਈ ਆਪਦੀ ਤਰ੍ਹਾਂ ਮਨੋਂ ਕਿਸੇ ਗੱਲੋਂ ਲਾਂਭਾ ਨਾ ਆਵੇ ਕੋਈ ਗੱਲ ਨਹੀਂ ਬਾਪੂ ਫਿਕਰ ਨਾ ਕਰ ਮੇਰੀ ਤਾਂ ਨਾ ਸਾਡੇ CEO ਨਾਲ ਬਾਲੀ ਬਣਦੀ ਹੈ ਮੈਨੂੰ ਤਾਂ ਆਪਦੇ ਜਵਾਕਾਂ ਵਾਂਗੂ ਸਮਝਦਾ ਬਾਲਾ ਚੰਗਾ ਬੰਦਾ ਹੈ ਨਾਲੇ ਸਰਦਾਰ ਹੈ ਹੁਸ਼ਿਆਰਪੁਰ ਦਾ ਇਹ ਤਾਂ ਚੰਗੀ ਗੱਲ ਹੈ ਚੱਲ ਆਪਣੇ ਏਰੀਏ 'ਚ ਹੀ ਆ ਗਿਆ ਸਹੀ ਗੱਲ ਹੈ ਬਾਪੂ ਕਿਸੇ ਗੱਲ ਦੀ ਫਿਕਰ ਨਾ ਕਰੀ ਦੇਖ ਮੈਂ 2 ਮਹੀਨਿਆਂ ਤੱਕ ਨਾ ਤੈਨੂੰ ਪੈਸੇ ਭੇਜੂ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਆਪਣੀ ਮੋਟਰ ਲਵਾ ਲਈ ਨਾਲੇ ਕਿਸੇ ਗੱਲ ਦੀ ਫਿਕਰ ਕਰਨ ਦੀ ਲੋੜ ਨਹੀਂ ਤੈਨੂੰ ਆ ਹਰਜੀਤ ਵਰਗਿਆਂ ਦੇ ਨਾ ਮਨ ਦੇ ਵਿੱਚ ਕੋਈ ਗੱਲ ਨਹੀਂ ਹੈਗੀ ਆ ਹੁਣ ਮੈਂ ਜਦੋਂ ਆਈ ਜਾਂਦਾ ਸੀ ਨਾ ਮੈਨੂੰ ਭੱਜ ਕੇ ਮਿਲਿਆ ਕਹਿੰਦਾ ਬਾਈ ਕਿੱਦੇ ਜਾਏਗਾ ਮੈਂ ਕਿਹਾ ਮੈਂ ਅੱਜ ਜਾਊ ਬਾਹਲੀਆਂ ਚੰਗੀਆਂ ਗੱਲਾਂ ਕੀਤੀਆਂ ਕੰਜਰ ਨੇ ਐਂ ਲੱਗਦੇ ਨਹੀਂ ਸੀ ਵੀ ਆਪਣੇ ਨਾਲ ਉਹ ਗੁੱਸੇ ਹੋ ਗਿਆ ਤੇ ਉਹੀ ਤਾਂ ਮੈਂ ਤੈਨੂੰ ਕਹੀ ਜਾਂਦਾ ਵੀ ਮਸ਼ਹੂਰ ਮਤ ਹੈ ਚੱਲ
ਜਿਹੜਾ ਕੁਛ ਹੋ ਗਿਆ ਹਵਾ ਗਿਆ ਇਹ ਨਾ ਤੂੰ ਦਿਮਾਗ ਚ ਲਈ ਕੋਈ ਗੱਲ ਇੱਥੇ ਤਾਂ ਚੱਲਦੀ ਰਹਿੰਦਾ ਘਰਾਂ ਚ ਐਂ ਤਾਂ ਚੱਲ ਤੇਰਾ ਚਾਚਾ ਆਪਣੇ ਨਾਲ ਹੈ ਉਹ ਨਹੀਂ ਫਰਕ ਸਮਝਦਾ ਜਦੋਂ ਸਹੀ ਗੱਲ ਹੈ ਹਾਂ ਲੈ ਉਹ ਹਰਦੀਪ ਤੁਰਿਆ ਆਉਂਦਾ ਚਾਚਾ ਹਾਂਜੀ ਸਤਿ ਸ੍ਰੀ ਅਕਾਲ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਤੁਹਾਡੇ ਕੋਲ ਸਾਡੀਆਂ ਨਵੀਆਂ ਨਵੀਆਂ ਵੀਡੀਓ ਦੀ ਨੋਟੀਫਿਕੇਸ਼ਨ ਪਹੁੰਚ ਸਕੇ ਵੀਡੀਓ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਵਿੱਚ ਸ਼ੇਅਰ ਜ਼ਰੂਰ ਕਰ ਦਿਆ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ